ਛੋਟੀ ਅਯੋਧਿਆ ਸਿੱਧ ਸ਼ਕਤੀ ਪੀਠ ਦੇ ਵਿੱਚ ਨਤਮਸਤਕ ਹੋਣ ਲਈ ਬੀਜੇਪੀ ਦੇ ਸੀਨੀਅਰ ਲੀਡਰ ਕਿਸ਼ਨ ਦੇਵ ਭੰਡਾਰੀ ਪਹੁੰਚੇ। ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਂਗੇ ਔਰ ਬਿਜਲੀ ਕੇ ਮਾਮਲੇ ਮੇਂ ਪੰਜਾਬ ਕੋ ਸਰਪਲਸ ਬਣਾਏਂਗੇ। 24 ਘੰਟੇ ਬਿਜਲੀ ਰਹਿੰਦੀ ਹੈ ਜੀ, ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ। ਜਾਂ ਗਰੀਬਾਂ ਦਾ ਜਿਉਣ ਦਾ ਸਤਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਹਾਂ, ਇਹ ਸਾਡੀਆਂ ਪ੍ਰਾਇਓਰਟੀਜ਼ ਨੇ। ਮੇਰੇ 'ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ, ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦਊਂਗਾ। ਭਟਾਈ ਸਾਹਿਬ, ਅੱਜ ਬੜਾ ਖੁਸ਼ੀ ਦਾ ਦਿਨ ਹੈ ਕਿ ਆਮ ਜਿਹੜੇ ਰਾਮ ਭਗਤ ਹੈ ਉਹਨਾਂ ਦਾ ਜਿਹੜਾ ਇੰਤਜ਼ਾਰ ਖਤਮ ਹੋ ਗਿਆ। ਅੱਜ ਦੇਖੋ ਪੂਰੇ ਵਿਸ਼ਵ ਦੇ ਵਿੱਚ ਬਹੁਤ ਹੀ ਇੱਕ ਮਾਹੌਲ ਵਧੀਆ ਬਣਿਆ ਮੈਂ ਕਿ ਸ਼੍ਰੀ ਰਾਮ ਜੀ ਦੀ ਲੱਲਾ ਜੀ ਦੀ ਪ੍ਰਾਣ ਪ੍ਰਤਿਸ਼ਠਾ ਅੱਜ ਅਯੋਧਿਆ ਦੇ ਵਿੱਚ ਬੜੇ ਵਿਧੀ ਮੁਤਾਬਕ ਹੋਈ ਹੈ ਔਰ ਉਸੇ ਤਰੀਕੇ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਲੋਕ ਖੁਸ਼ੀ ਮਨਾ ਰਹੇ ਆ ਔਰ ਉਸੇ ਕੜੀ ਦੇ ਵਿੱਚ ਅੱਜ ਸਾਡੇ ਦੇਵਤਲਾ ਮੰਦਰ ਜੰਦਰ ਦੇ ਵਿੱਚ ਵੀ ਅਯੋਧਿਆ ਬਣੀ ਹੈ ਵੀ ਕਿਸ ਤਰੀਕੇ ਨਾਲ ਇੱਥੇ ਦੀਪਾਵਲੀ ਵਾਲਾ ਮਾਹੌਲ ਬਣਿਆ, ਦੀਪਮਾਲਾ ਹੋਈ ਆ ਔਰ 2,21,000 ਦੀਏ ਜਿਹੜੇ ਕਿ ਇੱਥੋਂ ਦੀ ਸੰਗਤ ਨੇ ਰਾਮ ਭਗਤਾਂ ਨੇ ਇੱਥੇ ਅੱਜ ਜਲਾ ਕੇ ਇੱਕ ਪ੍ਰਮਾਣ ਦਿੱਤਾ ਕਿ ਲੋਕ ਸ਼੍ਰੀ ਰਾਮ ਦੇ ਕਿੰਨੇ ਇਰਾਦੇ ਹੈਗੇ ਆ ਔਰ ਇਹ ਚੀਜ਼ਾਂ ਜਿਹੜੀਆਂ ਮੈਂ ਸਾਡੇ ਬੱਚਿਆਂ ਨੂੰ ਸੰਸਕਾਰ ਦੇਣਗੀਆਂ ਵੀ ਕਿਸ ਤਰੀਕੇ ਨਾਲ ਸ਼੍ਰੀ ਰਾਮ ਜੀ ਨੇ ਆਪਣਾ ਜੀਵਨ ਮਰਿਆਦਾ ਨਾਲ ਜੀਆ ਔਰ ਅਸੀਂ ਸਾਰੇ ਇਹ ਪ੍ਰਣ ਕਰੀਏ ਅੱਜ ਅਸੀਂ ਵੀ ਅਸੀਂ ਆਪਣਾ ਜੀਵਨ ਨੂੰ ਅੱਛੇ ਤਰੀਕੇ ਨਾਲ ਬਤੀਤ ਕਰਕੇ ਜੋ ਸ਼੍ਰੀ ਰਾਮ ਦੇ ਸੰਦੇਸ਼ ਆ ਅਸੀਂ ਉਹ ਘਰ ਘਰ ਦੇ ਵਿੱਚ ਪਹੁੰਚਾਉਣਾ। ਜੇ ਗੱਲ ਕਰਾਂ ਅਯੋਧਿਆ ਦੀ, ਅਯੋਧਿਆ ਦੇ ਵਿੱਚ ਅੱਜ ਰਾਜਨੀਤਿਕ, ਸਮਾਜਿਕ ਔਰ ਧਾਰਮਿਕ ਜਿਹੜੇ ਲੋਕ ਹੈਗੇ ਆ ਉਹ ਉੱਥੇ ਨਤਮਸਤਕ ਹੋਣ ਲਈ ਪਹੁੰਚੇ ਹੋਏ ਸੀਗੇ। ਅੱਜ ਦੇਖੋ ਪੂਰੇ ਵਰਲਡ ਦੇ ਲੋਕ ਉੱਥੇ ਆਏ ਸੀਗੇ, ਜਿੰਨੇ ਵੀ ਟੌਪ ਦੇ ਹਿੰਦੁਸਤਾਨ ਦੇ ਇੰਡਸਟਰੀ ਵਾਲੇ ਬੰਦੇ ਸੀਗੇ, ਬਾਲੀਵੁੱਡ ਐਕਟਰ ਸੀਗੇ, ਰਾਜਨੀਤਿਕੇ ਸੀਗੇ, ਹੋਰ ਵੀ ਜਿਹੜੇ ਸੋਸ਼ਲ ਕੰਮ ਕਰਦੇ ਆ ਉਹਨਾਂ ਨੂੰ ਰਾਮ ਜਿਹੜਾ ਟਰੱਸਟ ਆ ਉਹਨਾਂ ਨੇ ਨਿਯੋਤਾ ਦਿੱਤਾ ਸੀਗਾ ਔਰ ਅੱਜ ਲੋਕ ਸਾਰੇ ਬੜੀ ਸ਼ਰਧਾ ਔਰ ਭਾਵ ਦੇ ਨਾਲ, ਅੱਜ ਅਸੀਂ ਸ਼ਹਿਰ 'ਚ ਵੀ ਦੇਖਿਆ ਵਾ ਕਿਸ ਤਰੀਕੇ ਨਾਲ ਲੋਕਾਂ 'ਚ ਉਤਸ਼ਾਹ ਸੀਗਾ, ਇਹ ਕਾਬਲੇ ਤਾਰੀਫ ਹੈ। ਸ਼੍ਰੀ ਰਾਮ ਦਾ ਅੱਜ ਮੈਂ ਕਹਿੰਦਾ ਵੀ ਬਹੁਤ ਵੱਡਾ ਦਿਨ ਆਪਾਂ ਕਹਿ ਸਕਦੇ ਸਾਡੇ ਜੀਵਨ ਦਾ, ਅਸੀਂ ਭਾਗਾਂ ਵਾਲੇ ਹਾਂ ਜੇ ਸਾਨੂੰ ਦਿਨ ਦੇਖਣ ਨੂੰ ਮਿਲਿਆ। ਜੇ ਗੱਲ ਕਰਾਂ ਅੱਜ ਸਵੇਰ ਤੋਂ ਹੀ ਦੇਵੀਤਲਾ ਮੰਦਰ ਦੇ ਵਿੱਚ ਜਿਹੜੀ ਸੰਗਤ ਹੈ ਪਹੁੰਚਣੀ ਸ਼ੁਰੂ ਹੋ ਗਈ ਸੀ, ਰਾਮ ਦੇ ਗੁਣਗਾਨ ਕਰਨਾ ਸ਼ੁਰੂ ਕਰ ਦਿੱਤਾ। ਅੱਜ ਦੇਖੋ ਪੂਰੇ ਇਹ ਤਾਂ ਸਾਡਾ ਸਿੱਧ ਪੀਠ ਹੈ ਲੇਕਿਨ ਅੱਜ ਪੂਰੇ ਪੰਜਾਬ ਦੇ ਵਿੱਚ ਜਲੰਧਰ ਸ਼ਹਿਰ ਦੇ ਵਿੱਚ ਐਸਾ ਵਾਤਾਵਰਨ ਸੀਗਾ, ਅਸੀਂ ਵੀ ਦੁਪਹਿਰ ਤੋਂ ਘੁੰਮਦੇ ਪਏ ਹਾਂ ਵੀ ਹਰ ਜਗ੍ਹਾ ਲੋਕ ਜੋਸ਼ ਲਗਾਉਣਾ ਜੈਕਾਰੇ ਲਗਾ ਰਹੇ ਆ, ਸ਼੍ਰੀ ਰਾਮ ਦਾ ਗੁਣਗਾਨ ਕਰ ਰਹੇ ਆ, ਕਿ ਸ਼ੋਭਾ ਯਾਤਰਾ ਨਿਕਲ ਰਹੀ ਆ, ਕਿਤੇ ਭਗਵਾਨ ਦੇ ਸਰੂਪ ਨਿਕਲ ਰਹੇ ਆ, ਇਹ ਇੱਕ ਮਤਲਬ ਬਹੁਤ ਅੱਛਾ ਸੰਕੇਤ ਮੈਂ ਕਹਿ ਸਕਦਾ ਹਿੰਦੁਸਤਾਨ ਸਾਡਾ ਜਿਹੜਾ ਆਉਣ ਵਾਲਾ ਵਿਸ਼ਵਗੁਰੂ ਬਣੇਗਾ। ਅਸੀਂ ਬੀਜੇਪੀ ਦੇ ਸੀਨੀਅਰ ਲੀਡਰ ਕਿਸ਼ਨ ਦੇਵ ਭੰਡਾਰੀ ਜਿਨ੍ਹਾਂ ਨੇ ਅੱਜ ਦੇ ਮੌਕੇ 'ਤੇ ਅੱਜ ਦੇ ਦਿਨ 'ਤੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਵੀ ਦਿੱਤੀ। ਕੈਮਰਾਮੈਨ ਜਤਿਨ ਦੇ ਨਾਮ ਵਿਨੇ ਸ਼ਰਮਾ, ਦੈਨਿਕ ਸਵੇਰਾ ਟੀਵੀ, ਜਲੰਧਰ।